ਹਾਂਜੀ ਸੋ ਸਸ਼ਰੀ ਕਾਲ ਤੁਹਾਡੇ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸੋ ਇੱਕ ਨੋਟੀਫਿਕੇਸ਼ਨ ਆਇਆ ਜੀ ਮਾਸਟਰ ਕੇਡਰ ਐਗਜ਼ਾਮ ਜਿਹੜਾ ਆਪਣਾ ਹੋਣ ਜਾ ਰਿਹਾ ਹੈ ਉਹਦੇ ਨਾਲ ਰਿਲੇਟਡ ਸੋ ਧਿਆਨ ਜ਼ਰੂਰ ਦੇਣਾ ਜੀ ਉਹ ਕੀ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਆਪਾਂ ਚੱਲਦੇ ਹਾਂ ਦੇਖੋ ਇਹ ਲਾਈਵ ਸਾਈਟ ਆ ਆਪਣੀ ਵਿਭਾਗ ਦੀ educationrecruitmentboard.com ਇਹਦੇ ਵਿੱਚ ਜਦੋਂ ਇਹ ਦੇਖੋ ਪਬਲਿਕ ਨੋਟਸ ਰਿਗਾਰਡਿੰਗ ਰਿਟਰਨ ਐਗਜ਼ਾਮ ਆਫ ਮਾਸਟਰ ਕੇਡਰ ਇਨ ਜਦੋਂ ਆਪਾਂ ਡਾਊਨਲੋਡ ਕਰਕੇ ਦੇਖਦੇ ਆਂ ਠੀਕ ਹੈ ਜੀ ਸੋ ਇਹਦੇ ਵਿੱਚ ਜਿਹੜਾ ਦੇਖੋ ਜੀ ਕੀ ਆ ਰਿਹਾ ਆਪਾਂ ਨੂੰ ਕਿ ਇਹ 13 8 22 ਨੂੰ ਰਿਲੀਜ਼ ਹੋਇਆ ਨੋਟਿਸ ਸੋ ਇਹਦੇ ਵਿੱਚ ਉਹ ਕਹਿੰਦੇ ਜਿਹੜੀਆਂ ਪੋਸਟਾਂ ਐ ਇਹਨਾਂ ਦੀਆਂ ਅਸਾਮੀਆਂ ਦੀ ਕੰਡਕਟ ਕੀਤੇ ਜਾਣ ਵਾਲਾ ਜਿਹੜਾ ਟੈਸਟ ਐ ਲਿਖਤੀ ਉਹਦੇ ਵਿੱਚ ਨੇਤਰਹੀਣ ਅੰਸ਼ਿਕ ਨੇਤਰਹੀਣ ਤੇ ਪੜ੍ਹਨ ਲਿਖਣ ਤੋਂ ਸਮਰੱਥ ਉਮੀਦਵਾਰ ਆ ਜਿਹੜੇ ਉਹਨਾਂ ਨੂੰ ਲਿਖਾਰੀ ਦੀ ਲੋੜ ਹੁੰਦੀ ਐ ਇਸ ਕਰਕੇ ਇਹਦੇ ਵਿੱਚ ਕੀ ਹੈ ਕਿ ਉਹ ਵਿਭਾਗ ਨੇ ਉਹਨਾਂ ਲਈ ਇਹ ਨੋਟਿਸ ਜਾਰੀ ਕੀਤਾ ਹੈ ਤੇ ਇਹਦੇ ਵਿੱਚ ਉਹਨਾਂ ਨੇ ਜਿਹੜੀਆਂ ਹਦਾਇਤਾਂ ਉਹ ਦਿੱਤੀਆਂ ਤੇ ਉਹਨਾਂ ਨੂੰ ਮਤਲਬ ਜਿਹੜਾ ਲਖਾਰੀ ਚਾਹੀਦਾ ਉਹ ਵਿਭਾਗ ਵੱਲੋਂ ਜਦੋਂ ਵੀ ਮੁਹैया ਕਰਵਾਇਆ ਜਾਣਾ ਜਾਨੀ ਕਿ ਉਹਦੀ ਜਿਹੜੀ ਜਿਹੜਾ ਉਹ ਪ੍ਰੋਸੀਜਰ ਆ ਸਾਰਾ ਉਹ ਆਪਾਂ ਨੂੰ ਇਨਕਲੂਡ ਕੀਤਾ ਨੋਟਸ ਦੇ ਵਿੱਚ ਠੀਕ ਹੈ ਜੀ ਸੋ ਉਮੀਦਵਾਰਾਂ ਨੂੰ ਕਿਹੜੀਆਂ ਸ਼ਰਤਾਂ ਦੇ ਅਨੁਸਾਰ ਕਹਿੰਦੇ ਦਫ਼ਤਰ ਦੇ ਵਿੱਚ ਖੁਦ ਆਉਣਾ ਪਊਗਾ ਠੀਕ ਹੈ ਜੀ ਨਿੱਜੀ ਤੌਰ ਤੇ ਹਾਜ਼ਰ ਹੋਣਾ ਪਊਗਾ ਜਿਹੜਾ ਵੀ ਉਮੀਦਵਾਰ ਲਖਾਰੀ ਰੈਕਟਰ ਲੈ ਰਿਹਾ ਜਿਦੇ ਵਿੱਚ ਨੇਤਰਹੀ ਅੰਸ਼ਕ ਨੇਤਰਹੀਨ ਪੜ੍ਹਨ ਲਿਖਣ ਤੋਂ ਸਮਰੱਥੰਮੀ ਦੁਆਰਾ ਆ ਜਾਂਦੇ ਆ ਸੋ ਕਾਫੀ ਘਟ ਗਿਣਤੀ ਹੁੰਦੀ ਹੈ ਅ ਜਿਹੇ ਉਮੀਦਵਾਰਾਂ ਦੀ ਸੋ ਜਿਨ੍ਹਾਂ ਦੇ ਲਈ ਵੀ ਇਹ ਜ਼ਰੂਰੀ ਹੈ ਤਾਂ ਉਹ ਇੱਥੇ ਜਾ ਸਕਦੇ ਆ ਆਪਾਂ ਨੂੰ ਇੱਥੋਂ ਕੀ ਕਨਫਰਮ ਹੁੰਦਾ ਹੈ ਕਿ ਪੇਪਰ 21 ਤਰੀਕ ਨੂੰ ਹੀ ਹੋਵੇਗਾ ਠੀਕ ਹੈ ਜੀ ਸੋ ਇਹ ਇੱਕ ਹੋਰ ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਪੁਆਇੰਟ ਹੈ ਕਿ ਪੇਪਰ ਦੀ ਡੇਟ ਨਹੀਂ ਚੇਂਜ ਹੋਵੇਗੀ ਸੋ ਜੁਟੇ ਰਹੋ ਤਿਆਰੀ ਦੇ ਵਿੱਚ ਨਾ ਸੋ ਇਹਦੇ ਵਿੱਚ ਦੇਖੋ ਉਹਨਾਂ ਨੇ ਡੇਟਸ ਦਿੱਤੀਆਂ ਨੇ ਸੋ ਸੋਸ਼ਲ ਸਾਇੰਸ ਤੇ ਪੰਜਾਬੀ ਦੇ ਵਿੱਚ ਜਿਹੜਾ ਪੇਪਰ ਹੈ ਇਹ ਲਿਖੇ ਲਿਖਤੀ ਟੈਸਟ ਦੀ ਮਿਤੀ ਹੈ ਠੀਕ ਹੈ ਜੀ ਤੇ ਇਹ ਲਿਖਿਆ ਹੈ ਲਖਾਰੀ ਸਬੰਧੀ ਸਰਟੀਫਿਕੇਟ ਪ੍ਰਾਪਤ ਕਰਨ ਦੀ ਮਿਤੀ ਮਤਲਬ ਉਹ 18 ਤਰੀਕ ਨੂੰ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਆ ਮੈਥ ਹਿੰਦੀ ਅੰਗਰੇਜ਼ੀ ਸਾਇੰਸ 뮤직 ਵਾਲੇ ਆ ਜਿਹੜੇ ਉਹ 25 ਤਰੀਕ ਨੂੰ ਜਿਹੜਾ ਹੈਗਾ ਇਹ ਸਰਟੀਫਿਕੇਟ ਹੈ ਜਿਹੜਾ ਲਖਾਰੀ ਸਬੰਧੀ ਉਹ ਪ੍ਰਾਪਤ ਕਰ ਸਕਦੇ ਆ ਸੋ ਟਾਈਮਿੰਗ 10 ਤੋਂ ਸ਼ਾਮ 5 ਵਜੇ ਤੱਕ ਹੈ ਫਿਰ ਉਹਨਾਂ ਨੇ ਅੱਗੇ ਹੋਰ ਨੋਟ ਲਿਖਿਆ ਕਿ ਜਿਹੜੇ ਉਮੀਦਵਾਰ ਇਸ ਦਫ਼ਤਰ ਤੋਂ ਸਰਟੀਫਿਕੇਟ ਲੈਣ ਤੋਂ ਸਮਰੱਥ ਰਹੇ ਹਨ ਉਹਨਾਂ ਉਮੀਦਵਾਰਾਂ ਨੂੰ ਲੈਕਟੀ ਟੈਸਟ ਵਿੱਚ ਆਪਣੇ ਤੌਰ ਤੇ ਲਿਆਂਦੇ ਲਖਾਰੀ ਹੈ ਜਿਹੜੇ ਉਹ ਪ੍ਰੀਖਿਆ ਕੇਂਦਰ ਦੇ ਵਿੱਚ ਲਿਜਾਣ ਦੀ ਆਗਿਆ ਨਹੀਂ ਹੋਵੇਗੀ ਮਤਲਬ ਵਿਭਾਗ ਦੇ ਵਿੱਚ ਆ ਜਿਹੜੇ ਜਾਨਣ ਜਿਹੜਾ ਵਿਭਾਗ ਮੁਹैया ਕਰਵਾਏਗਾ ਉਹੀ ਜਾਂ ਅਪਲਾਈ ਕੀਤਾ ਜਿਹੜਾ ਲਖਾਰੀ ਹੈ ਠੀਕ ਹੈ ਜਿਹੜਾ ਸਰਟੀਫਿਕੇਟ ਉਹਨਾਂ ਨੂੰ ਮਿਲਿਆ ਉਹਦੇ ਮੁਤਾਬਕ ਹੀ ਸਾਰਾ ਜਿਹੜਾ ਹੈਗਾ ਹੋਊਗਾ ਸੋ ਉਹੀ ਸੇਮ ਸਬਸਕ੍ਰਾਈਬ ਜਿਹੜਾ ਲਖਾਰੀ ਹੈ ਉਹ ਲੈ ਸਕਦੇ ਆ ਸੋ ਇਹ ਸਾਈਨ ਹੋਏ ਹੋਏ ਆ ਜੀ ਸੋ ਇਹ ਕਾਫੀ ਇੰਪੋਰਟੈਂਟ ਹੈ ਖਾਸ ਕਰਕੇ ਪੇਪਰ ਦੇ ਪੱਖੋਂ ਕਿ ਪੇਪਰ ਚੇਂਜ ਨਹੀਂ ਹੋਵੇਗਾ ਡੇਟਸ ਹਨਾ ਸੋ ਇਹਦੇ ਵਿੱਚ ਆਪਾਂ ਨੂੰ ਆ ਬਾਕੀ ਸ਼ਰਤਾਂ ਸਾਰੀਆਂ ਲਿਖੀਆਂ ਹੋਈਆਂ ਨੇਤ੍ਰਹੀਣ ਤੇ ਲਿਖਣ ਤੋਂ ਸਮਰੱਥ ਹੈ ਉਹਦੀਆਂ ਸ਼ਰਤਾਂ ਇਹ ਤੁਸੀਂ ਪੜ ਸਕਦੇ ਹੋ ਜਾਂ ਸਬੰਧਤ ਵਿਦਿਆਰਥੀ ਜਾਂ ਤੁਹਾਡੇ ਕੋਈ ਜਾਣਕਾਰੀ ਦੇ ਵਿੱਚ ਇਹੋ ਜੇ ਸਟੂਡੈਂਟ ਹੁੰਦੇ ਆ ਜਿਹੜੇ ਐਗਜ਼ਾਮ ਦੇ ਵਿੱਚ ਜਾ ਰਹੇ ਤਾਂ ਉਹਨਾਂ ਨੂੰ ਇਹ ਜ਼ਰੂਰ ਦੱਸਣਾ ਜੀ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਉਹਨਾਂ ਨੇ ਜਈਏ ਕੋਸ਼ਨਾ ਪੱਤਰਾ ਇਹ ਸਾਈਟ ਤੇ ਉੱਪਰ ਹੀ ਪਿਆ ਹੈ ਇਹ ਤੁਹਾਨੂੰ ਆਪਣੇ ਟੈਲੀਗ੍ਰam ਲਿੰਕ ਦੇ ਵਿੱਚ ਮਿਲ ਜੂਗੀ ਪੀਡੀਐਫ ਉੱਥੋਂ ਇਹਨੂੰ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਉਮੀਦਵਾਰ ਦੀ ਫੋਟੋ ਤੇ ਲਖਾਰੀ ਦੀ ਫੋਟੋ ਫਿਰ ਇਹਨੂੰ ਫਿਲਪ ਕਰਕੇ ਇਹ ਤੁਸੀਂ ਵਿਭਾਗ ਦੇ ਵਿੱਚ ਜਾ ਕੇ ਜਿਹੜਾ ਹੈਗਾ ਜਮਾ ਕਰੋਨਾ ਤੇ ਵਿਭਾਗ ਤੁਹਾਨੂੰ ਜਿਹੜਾ ਹੈਗਾ ਜਾਰੀ ਕਰੂਗਾ ਇਹ ਸਰਟੀਫਿਕੇਟ ਸੋ ਇਹ ਸੀਗੀ ਜੀ ਜਾਣਕਾਰੀ ਠੀਕ ਹੈ ਮਿਲਦੇ ਆ ਜਲਦ ਜਦੋਂ ਵੀ ਆਪਾਂ ਨੂੰ ਕੋਈ ਇਨਫੋਰਮੇਸ਼ਨ ਹੋਰ ਮਿਲਦੀ ਹੈ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਮਾਸਟਰ ਕੈਟਵ ਦੀ ਤਾਂ ਸਾਰੀਆਂ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓਜ਼ ਪਈਆਂ ਨੇ ਐਮਸੀਕਿਊਜ਼ ਦੀਆਂ ਥਿਉਰੀਜ਼ ਦੀਆਂ ਉਹਨਾਂ ਤੁਸੀਂ ਦੇਖ ਕੇ ਉੱਥੋਂ ਫ੍ਰੀ ਦੇ ਵਿੱਚ ਤਿਆਰੀ ਕਰ ਸਕਦੇ ਹੋ ਥੈਂਕ ਯੂ